ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਠੀਕ ਹੋ? ਇਸ ਵੇਲੇ ਮੈਨੂੰ ਲਾਈਵ ਹੋਣਾ ਪਿਆ ਅਤੇ ਥੋੜ੍ਹੀ ਦੇਰ ਪਹਿਲਾਂ ਜਿਹੜਾ ਇਸ਼ੂ ਹੋਇਆ ਅਤੇ ਮੈਂ ਉਹਦੇ ਲਈ ਦੋ ਚਾਰ ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ ਕਿ ਅੱਜ ਮਨ ਬਹੁਤ ਜ਼ਿਆਦਾ ਦੁਖੀ ਹੈ ਮੇਰਾ। ਬਈ ਅਸੀਂ ਸੱਚੀ ਮੁੱਚੀ ਇਸ ਸਮਾਜ ਦਾ ਹਿੱਸਾ ਹਾਂ ਜਿੱਥੇ ਹਰ ਚੀਜ਼ ਨੂੰ ਨੈਗੇਟਿਵ ਲੈ ਕੇ ਅਤੇ ਗੱਲ ਕੀਤੀ ਜਾਂਦੀ ਹੈ ਔਰ ਹਰੇਕ ਚੀਜ਼ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਔਰ ਇਹ ਕਿਉਂ ਹੋ ਰਿਹਾ ਇਹ ਤਾਂ ਮੈਨੂੰ ਨਹੀਂ ਪਤਾ। ਕਿਸੇ ਚੈਨਲ ਦੀ ਕੋਈ ਇੱਦਾਂ ਦੀ ਜ਼ਿੰਮੇਵਾਰੀ ਨਹੀਂ ਰਹੀ ਕਿ ਉਹ ਸਹੀ ਚੀਜ਼ ਨੂੰ ਪੇਸ਼ ਕਰੇ। ਮੈਂ ਅਸੀਂ ਅੱਜ ਫੈਮਿਲੀ ਦੇ ਨਾਲ ਆਉਣਾ ਸੀਗਾ, ਅਸੀਂ ਚੱਲੇ ਹਾਂ ਆਪਣਾ ਜਲੰਧਰ ਤੋਂ, ਅਤੇ ਜਲੰਧਰ ਤੋਂ ਚੱਲੇ ਅਤੇ ਅਸੀਂ ਰਸਤੇ 'ਚ ਆਉਂਦੇ ਹਾਂ, ਮਤਲਬ ਉੱਥੇ ਇੱਕ ਬੈਂਕ ਦੇ ਕੋਲ ਰੁਕਣਾ ਸੀਗਾ ਅਤੇ ਅਸੀਂ ਰੁਕੇ ਹਾਂ ਅਤੇ ਮੈਂ ਉਹਨੂੰ ਮੁੰਡੇ ਨੂੰ ਕਿਹਾ, ਮੈਂ ਕਿਹਾ ਅੰਦਰੋਂ ਕੋਈ ਫੋਰਮ ਜਿਹਾ ਲਿਆਉਣਾ ਸੀਗਾ ਅਤੇ ਉਹ ਫੋਰਮ ਲੈਣ ਚਲਾ ਗਿਆ ਤਾਂ ਮੈਂ ਗੱਡੀ ਬੰਦ ਕਰ ਲਈ। ਤਾਂ ਉਹ ਬੱਚੇ ਕਹਿਣ ਲੱਗੇ ਕਿ ਤੁਸੀਂ ਗੱਡੀ ਬੰਦ ਕਰ ਲਈ, ਗਰਮੀ ਬਹੁਤ ਆ ਬਾਹਰ। ਅਤੇ ਮੈਂ ਵੈਸੇ ਜਨਰਲੀ ਕਿਹਾ ਉਹਨਾਂ ਨੂੰ, ਮੈਂ ਕਿਹਾ ਬਾਹਰ ਵੇਖਿਆ ਤੁਸੀਂ ਕੀ ਮਾਹੌਲ ਚੱਲ ਰਿਹਾ? ਤਾਂ ਉਹ ਕਹਿੰਦੇ ਕਿ ਹਾਂ ਬਾਬੇ ਨੇ ਚੰਗਾ ਹਨੇਰੀ ਲਿਆਂਦੀ ਆ ਲੋਕਾਂ ਦੀ, ਲੋਕਾਂ ਨੇ ਵੀ ਬਹੁਤ ਮਤਲਬ ਆਤਮ ਚਾਈ ਹੋਈ ਸੀ, ਹੈ ਨਾ। ਅਤੇ ਇੱਦਾਂ ਹੀ ਅਸੀਂ ਹੱਸਦੇ ਖੇਡਦੇ ਹਾਂ ਉਹ ਵੀਡੀਓ, ਮੈਂ ਕਿਹਾ ਹਾਂ ਇਹ ਤਾਂ ਹੈ ਵੀ ਚੰਗੀ ਭਸੂੜੀ ਪਾਈ ਬਾਬੇ ਨਾਨਕ ਨੇ, ਹੈ ਨਾ। ਉਹ ਇੱਦਾਂ ਦੀ ਗੱਲ ਕੀਤੀ ਔਰ ਅਸੀਂ ਉਹ ਟਿਕਟੋਕ 'ਤੇ ਪਾਤੀ ਔਰ ਮਨ 'ਚ ਕੋਈ ਚਿੱਤ ਨਹੀਂ, ਕੋਈ ਚੇਤਾ ਨਹੀਂ, ਕੋਈ ਧਿਆਨ ਨਹੀਂ। ਜਨਰਲੀ ਜਿੱਦਾਂ ਅਸੀਂ ਬਾਕੀ ਵੀਡੀਓ ਪਾਉਂਦੇ ਹਾਂ ਉੱਦਾਂ ਵੀਡੀਓ ਪਾਈ, ਅੱਧੇ ਪੌਣੇ ਘੰਟੇ ਘੰਟੇ ਬਾਅਦ ਮੈਂ ਉਹ ਚੈੱਕ ਕੀਤੀ, ਮੈਂ ਕਿਹਾ ਵੇਖਾਂ ਕਿੰਨੇ ਕੁ ਲੋਕਾਂ ਨੇ ਦੇਖ ਲਈ, ਹੈ ਨਾ। ਅਤੇ ਮੈਂ ਤਾਂ ਪੋਜ਼ਿਟਿਵ ਵੇ ਨਾਲ ਹੱਸਦੇ ਹੱਸਦੇ ਮੈਂ ਕਿਹਾ ਵੇਖੀਏ ਕਿੰਨੇ ਕੁ ਲੋਕਾਂ ਨੇ ਦੇਖ ਲਈ। ਤਾਂ ਉਹ ਥੱਲੇ ਦੋ ਚਾਰ ਬੰਦਿਆਂ ਨੇ ਕਮੈਂਟ ਕੀਤੇ ਹੋਏ ਸੀ, ਮੈਂ ਦੋ ਚਾਰ ਹੀ ਕਮੈਂਟ ਪੜ੍ਹੇ, ਮੈਂ ਡਿਲੀਟ ਕਰਤੀ। ਮੈਂ ਕਿਹਾ ਲੋਕ ਕਈ ਵਾਰੀ ਧਰਮ ਵਾਲੇ ਪਾਸੇ ਨੂੰ ਚੀਜ਼ ਲੈ ਜਾਂਦੇ ਆ, ਹਾਲਾਂਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਕੋਈ ਇਸ ਇੱਕ ਮਤਲਬ ਪਰਮਾਤਮਾ ਨੂੰ ਕਿੰਨਾ ਕੁ ਮੰਨਦਾ ਆ ਜਾਂ ਕੁਛ ਨਹੀਂ ਲੈਣਾ ਦੇਣਾ ਕਿਸੇ ਨੇ ਇਹਨਾਂ ਚੀਜ਼ਾਂ ਤੋਂ। ਬਸ ਲੋਕਾਂ ਨੂੰ ਆਪਣੀ ਸ਼ੇਅਰ ਚਾਹੀਦੇ ਨੇ, ਸ਼ੇਅਰਿੰਗ ਚਾਹੀਦੀ ਆ ਯੂਟਿਊਬ ਜਾਂ ਆਪਣੇ ਚੈਨਲਸ 'ਤੇ ਜਾਂ ਫਿਰ ਲਾਈਕਿੰਗ ਚਾਹੀਦੀ ਆ। ਚਲੋ ਮੈਂ ਉਹ ਡਿਲੀਟ ਕਰਤੀ, ਮੈਂ ਮੋਹਾਲੀ ਪਹੁੰਚਾ, ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ, ਤੁਸੀਂ ਇਹੋ ਜਿਹਾ ਕੀ ਕਹਿ ਤਾ? ਦੋ ਚੈਨਲਸ, ਇੱਕ ਲਿਵਿੰਗ ਇੰਡੀਆ, ਇੱਕ ਮੈਨੂੰ ਉਹਦਾ ਨਾਮ ਨਹੀਂ, 1818 ਕਰਕੇ ਸ਼ਾਇਦ ਕੋਈ ਚੈਨਲ ਹੈ, ਉਹਨਾਂ ਨੇ ਪੂਰਾ ਬੇਅਦਬੀ ਕੀਤੀ ਆ, ਇਹ ਕੀਤਾ। ਪਹਿਲੀ ਗੱਲ ਤਾਂ ਮੈਂ ਇਹ ਤੁਹਾਨੂੰ ਦੱਸ ਦੇਵਾਂ ਵੀਰ ਕਿ ਮੈਂ ਸਿੱਖ ਫੈਮਿਲੀ 'ਚ ਜੰਮਿਆ, ਸਿੱਖ ਫੈਮਿਲੀ ਦੇ ਰੂਲ ਸਿਧਾਂਤ ਮੈਂ ਫੋਲੋ ਕਰਦਾ ਔਰ ਮੇਰੀ ਅਗਲੀ ਪੀੜ੍ਹੀ ਵੀ ਉਹਨੂੰ ਹੀ ਫੋਲੋ ਕਰਦੀ ਹੈ। ਮੈਂ ਆਪਣੇ ਬੱਚਿਆਂ ਨੂੰ ਸਿੱਖ ਸਰਦਾਰ ਇਸ ਕਰਕੇ ਬਣਾ ਰਿਹਾ, ਸਿੱਖ ਤਾਂ ਚਲੋ ਬਹੁਤ ਵੱਡਾ ਨਾਮ ਹੈ, ਸਿੱਖੀ ਬਹੁਤ ਵੱਡਾ ਨਾਮ ਹੈ, ਉਹ ਤਾਂ ਫੁੱਲ ਸਰੂਪ ਹੋਵੇ ਅਤੇ ਫਿਰ। ਪਰ ਉਹਨਾਂ ਦੇ ਮੈਂ ਕੇਸ ਸ਼ੁਰੂਆਤ ਇੱਥੋਂ ਕੀਤੀ ਹੈ, ਉਹਨਾਂ ਦੇ ਮੈਂ ਕੇਸ ਲਿਖਵਾਏ, ਉਹਨਾਂ ਨੂੰ ਆਪਣੇ ਗੁਰੂਆਂ ਬਾਰੇ ਦੱਸਦਾ, ਠੀਕ ਹੈ। ਉਹਨਾਂ ਨੂੰ ਜਿੰਨੀ ਕੁ ਮੈਨੂੰ ਪਤਾ ਹਿਸਟਰੀ, ਉੰਨੀ ਕੁ ਮੈਂ ਹਿਸਟਰੀ ਦੱਸਣ ਦੀ ਕੋਸ਼ਿਸ਼ ਕਰਦਾ, ਠੀਕ ਹੈ, ਜਿੰਨੀ ਕੁ ਮੈਂ ਆਪਣੇ ਮਾਪਿਆਂ ਤੋਂ ਸੁਣੀ ਜਾਂ ਜਿੰਨਾ ਕੁ ਮੈਂ ਪੜ੍ਹਿਆ। ਗੁਰੂ ਨਾਨਕ ਪਾਤਸ਼ਾਹ ਮੇਰੇ ਲਈ ਮੇਰੇ ਆਈਡਲ ਨੇ, ਮੇਰੇ ਉਹ ਗੁਰੂ ਨੇ, ਮੇਰੇ ਪੀਰ ਨੇ, ਮੇਰੇ ਪੈਗੰਬਰ ਨੇ। ਉਹਨਾਂ ਦੇ ਨਾਮ ਤੋਂ ਮੇਰਾ ਦਿਨ ਸ਼ੁਰੂ ਹੁੰਦਾ, ਉਹਨਾਂ ਦੇ ਨਾਮ 'ਤੇ ਮੇਰਾ ਦਿਨ ਖਤਮ ਹੁੰਦਾ। ਔਰ ਇਹ ਚੀਜ਼ ਮੈਂ ਸਾਰੀ ਇੰਟਰਵਿਊ ਦੇ ਵਿੱਚ ਹੁਣ ਕਹਿ ਰਿਹਾ, ਮੈਂ ਜ਼ਿੰਦਗੀ 'ਚ ਕਦੀ ਇਸ ਚੀਜ਼ ਨੂੰ ਮਾਰਕੀਟ ਨਹੀਂ ਕੀਤਾ, ਕਦੀ ਚੀਜ਼ ਨੂੰ ਦੱਸਿਆ ਨਹੀਂ ਕਿ ਜਦੋਂ ਮੈਂ ਕਿਤੇ ਉਦਾਸ ਹੁੰਦਾ, ਜਦੋਂ ਮੈਂ ਕਿਤੇ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੁਛ ਚੰਗਾ ਨਹੀਂ ਹੋ ਰਿਹਾ, ਤਾਂ ਮੈਂ ਗੁਰੂ ਰਾਮਦਾਸ ਦੇ ਘਰ ਜਲੰਧਰੋਂ ਆਪਣੇ ਘਰ ਤੋਂ ਚੱਲ ਕੇ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਮੈਂ ਪੈਦਲ ਚੱਲ ਕੇ ਦੋ ਵਾਰੀ ਜਾਣ ਦਾ ਮੈਨੂੰ ਮੌਕਾ ਮਿਲਿਆ, ਮਹਾਰਾਜ ਨੇ ਦਿੱਤਾ ਅਤੇ ਮੈਂ ਗਿਆ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਵਡਿਆਈ ਆ, ਮੇਰੀ ਆਸਥਾ, ਮੇਰੀ ਉਹ ਸ਼ਰਧਾ ਹੈ, ਹੈ ਨਾ। ਔਰ ਮੈਂ ਜੋ ਕੁਛ ਮੰਗਿਆ ਮੈਨੂੰ ਮਿਲਿਆ ਵੀ ਉੱਥੋਂ, ਮੈਂ ਜੋ ਕੁਛ ਵੀ ਅੱਜ ਤੱਕ ਉਸ ਘਰ 'ਚੋਂ ਮੰਗਿਆ ਮੈਨੂੰ ਮਿਲਿਆ। ਮੈਨੂੰ ਇਹ ਗੱਲ ਦੱਸੋ ਤੁਸੀਂ, ਬੰਦਾ ਆਪਣੇ ਪਿਓ ਬਾਰੇ, ਆਪਣੇ ਉਸ ਗੁਰੂ ਪੀਰ ਬਾਰੇ ਕਿੱਦਾਂ ਬੋਲ ਸਕਦਾ ਆ? ਔਰ ਚੈਨਲ ਵਾਲਿਆਂ ਨੂੰ ਤਾਂ ਮੈਂ ਹੈਰਾਨ ਹਾਂ ਕਿ ਤੁਸੀਂ ਐਟਲੀਸਟ ਮੈਨੂੰ ਪੁੱਛੋ ਤਾਂ ਸਹੀ ਯਾਰ, ਮੈਨੂੰ ਫੋਨ 'ਤੇ ਕਰ ਲਓ, ਭਾਜੀ ਤੁਸੀਂ ਆਹ ਗੱਲ ਕਰੀ ਹੈ ਕਿਸ ਇੰਟੈਂਸ਼ਨ ਨਾਲ ਕਰੀ ਆ? ਔਰ ਜੇ ਮੇਰੀ ਇੰਟੈਂਸ਼ਨ ਗਲਤ ਰਹੀ ਹੋਵੇਗੀ ਉਸ ਚੀਜ਼ ਦੇ ਵਿੱਚ, ਤਾਂ ਇਹ ਚੀਜ਼ ਗੁਰੂ ਨਾਨਕ ਪਾਤਸ਼ਾਹ ਹੀ ਫੈਸਲਾ ਕਰਨਗੇ, ਮੇਰੇ ਇਕੱਲੇ ਨਾਲ ਨਹੀਂ, ਪੂਰੀ ਫੈਮਿਲੀ ਨਾਲ। ਮੈਂ ਅੱਜ ਲਾਈਵ ਹੋ ਕੇ ਦੁਖੀ ਹਿਰਦੇ ਨਾਲ ਇਹ ਗੱਲ ਕਰ ਕਹਿ ਰਿਹਾ ਕਿ ਇਹ ਬਹੁਤ ਅੱਜ ਮਤਲਬ ਹਰਟ ਕੀਤਾ ਇਹ ਦੋ ਤਿੰਨ ਚੈਨਲਸ ਵਾਲਿਆਂ ਨੇ। ਔਰ ਮਤਲਬ ਜਿਸ ਧਰਮ ਦੇ ਵਿੱਚ ਮੈਂ ਜੰਮਿਆ ਪਲਿਆ, ਜਿਸ ਧਰਮ ਜਿਹੜੇ ਧਰਮ ਮੇਰੀ ਜ਼ਿੰਦਗੀ ਹੈ, ਉਹ ਧਰਮ ਤੋਂ ਮੈਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ, ਮਤਲਬ ਲੋਕਾਂ ਦੀ ਨਜ਼ਰਾਂ ਦੇ ਵਿੱਚ ਉਹਦੀ ਵਿਰੋਧਤਾ ਦਿਖਾਤੀ ਕਿ ਮੈਂ ਵਿਰੋਧਤਾ ਕਰਦਾ। ਮੇਰੀ ਲਾਈਫ ਹੀ ਮਤਲਬ ਆਪਣੇ ਲੋਕਾਂ ਦੇ ਲਈ ਆ, ਸਮਾਜ ਦੇ ਲਈ ਮੈਂ ਜਿੰਨਾ ਕੁਛ ਮੇਰੇ ਤੋਂ ਹੋ ਸਕਦਾ ਮੈਂ ਕਰਦਾ। ਮੈਂ ਆਪਣੇ ਗਾਣਿਆਂ ਦੇ ਵਿੱਚ ਉਸ ਟਾਈਮ ਦਲੇਰੀ ਕਰਕੇ ਗਾਇਆ ਜਦੋਂ ਇਹ ਪੂਰੀ ਹਵਾ ਚੱਲਦੀ ਸੀ ਪੰਜਾਬ ਦੇ ਵਿੱਚ,
जिन्हों पुत्रां ने अपने ही मापे घरों कढे जदों हो जाना उन्हां भी सियाणे पता लगू चंद सिक्कियां लई जिहड़े लोकी वेचण समैकां जदों पीण लगे अपने न्याणे पता लगू। मैनूं इस चीज़ का डर नहीं सीगा कि मैनूं कोई धमकाऊगा या मैनूं कोई आ के मेरे परचा कर दूगा, है ना, क्योंकि मैनूं पता सी मैं जो कह रहा मैं सच कह रहा। फिर उस तो बाद हक की कमाई नाल पैंदा नहीं, स्कूटर च तेल सजना होइए राजनेता तो सवेरे ही खरीद लईए रेल सजना। मैं तो कभी डरिया ही नहीं, मैं कभी झुक के गाया ही नहीं, मैं जो गाया मैनूं जो लगा कि मेरे आले दुआले हो रहा मैं उही गाया। अज एस जी पी सी मेरे लिए बहुत सत्कार योग आ, मेरे लिए सत्कारित आ, क्योंकि वो जगह वो जड़ी स्थान आ वो मेरे लिए मेरा घर आ, मेरा बहुत सत्कार योग मेरे लिए वो जगह आ। वो जो भी फैसला करनगे मैनू मंजूर आ, पर मैं सिर्फ उन्होंने ये रिक्वेस्ट करना चाहना कि तुसी एक बार वो वीडियो जरूर देखना। उस वीडियो दे विच जस्ट एक मतलब असी फैमिली फन जिदा मजाक हुंदा कि बाबे ने चंगी नहीं लिया इस वारी लोगों की, है ना, उस वे नाल उस मूड नाल असी गल कर रहे हैं। यार थोड़ा ही गुरु है, थोड़ा ही गुरु बाबा नानक, थोड़ा कल्यां दा तां नहीं, मेरा भी उन्ना ही है, और थानू की पता थोड़े तो ज़्यादा ही मैं गुरु नानक पातशाह नूं मानदा होवां। सो मेरी रिक्वेस्ट है यार थानू सारयां नूं कि थोड़ा जिहा देख के और अगले नूं समझ के मेरे गाणियां तो मेरा किरदार नज़र आउंदा, ठीक है, वो थानू चंगे लगते माड़े लगते मैनू नहीं पता, तुसी इन्नी मुहब्बत इन्ना प्यार दिता। मैं अपने समाज लई लड़दा लड़दा कई बार लोगों तो आप अपशब्द सुन लैना कि भी कोई कोई मेरी मेरे परिवार चो चाहे कोई मेरा भरा होवे चाहे कोई आर्टिस्ट होवे, क्योंकि आर्टिस्ट भी साड़ी फैमिली है, या कोई होर बंदा होवे, कई बार मैनू विचारधारा नहीं चंगी लगती मैं वो पेश कर दाँगा नहीं यार इहनू ऐ नहीं करना चाहिए। मैं तो कई बार लड़दा समाज वास्ते लोगों नाल, तो तुसी मैनू ही समाज के खिलाफ करी जाने हो, है ना, मैनू अपने धर्म के खिलाफ करी जाने हो। सो मैं बहुत सारिया चीज़ा यह जी हूँ तक एज एन आर्टिस्ट करने की कोशिश की आ कि जिहड़ी समाज में चंगा मैसेज देवे, जिहड़ी समाज में चंगे पासे लैके जाए, पर मैनू लगता नहीं गा कि वर्थ करती है थोड़े वास्ते। थोड़े वास्ते दो मिनट तुसी दो लाइना च मेरा किरदार मेरी सोच मेरी समझ सारी तुसी डिसाइड कर ली, और वो चैनल जिहड़े दो ने उन्होंने तो मेरी लानत है हज़ार बार, मतलब दोनों हाथों नाल ही बार बार मैं कह रहा कि तुसी तुहानू शर्म हया होनी चाहिए आ। तुसी हुण मेरा तो गाला कढ़न नूं दिल करदा पर मेरा वो करैक्टर नहीं है कि मैं किसी माड़ा चंगा कहां, पर अज मैं बहुत दुखी होकर गल्लां कर रहा कि तरीका थोड़ा जिहा थोड़ा तुसी शर्म हया बिल्कुल ही उतार ली, ठीक है ना, असी किहड़ी कौम आ, असी किस कौम नूं रिप्रजेंट करते हैं, तुसी माड़ा मोटा तो सच के नेड़े रहो यार, है ना, और लोगों तो ही फुसला लैंदे हो पिछे ला लैंदे हो, और साढ़े लोग तो कई बार बिना बिना इस गल की मतलब पुछ पड़ताल किए कि गल हुई की है तो कमेंटिंग करनी शुरू कर देंगे ने, ठीक है ना। सो तुसी जिम्मेवार हो, तुसी अपनी कुछ तो जिम्मेवारी तय कर लो अपनी, थोड़ा कोई रिस्पोंसीबिलिटी हैगी है कि नहीं हैगी, मन लिया चलो मैं दो लाइना पाती सी, तुसी मैनूं पुछ लैंदे कि भाजी तुसी किस इंटेंशन पाइया, ठीक है, और ईवन जदों मैनूं लग्या कि लोग चार पांच कमेंट मैं पढ़े ने, मैं लग्या कि यार लोग गलत पासे नूं लैके जा रहे, मैं डिलीट करती, है ना। सो ये नाल ये तो नहीं साबित कितने भी हुंदा कि भी हाँ मैं अपने गुरु दे अपने पीर दे जिस गुरु का 24 घंटे मेरे नाम घर नाम लिया जाता, जिस गुरु नूं मैं 24 घंटे अपने मन च रखदा, चल दफा कर जिहड़े तैनूं नहीं मनदे, सिर प्रीत दा तेरे अगे झुकिया पिया, हले आ 10 दिन पहला मेरा गाना आया, उस तो पहला रब वर्सस इंसान मैं गाना किया सीगा, ओ चलो तुसीं सारयां ने बहुत प्यार दिता। सो ये गल्लां करन वालियां नहीं, चंगी गल नहीं आ, बाकी थोड़ी इच्छा है तुसीं जिद्दां प्रजेंट करना करी जाओ, पर मेरी रिक्वेस्ट थानू यही आ कि भई तुसीं थोड़ी जी रिसपोंसीबिलिटी जरूर करिया करो। हुण ठीक है असीं पहलां बोलदे सीगे, जदों साडी खिलाफत होण लग गई असीं बोलना बंद करता, चंगे विषयां ते भी बोलना बंद करता, ठीक है ना। हुण तां तुसीं इन्ना डरा रहे हो, इन्ना प्रैशर बना रहे हो साडे ते कि असीं मतलब कोई गल ही ना करिए, मतलब कोई जे हस खेड भी रहे हैं तो वह भी ना हसीए खेडिए, है ना, ये बहुत माड़ी गल है थोड़े वास्ते। मैं अपने मूहों तो नहीं कहता पर मैं एक चंगा इंसान बनने की कोशिश करता हूँ हमेशा ही, मैं गलतियाँ होनगियां मेरे च कमियाँ होनगियां हज़ार होनगियां, हम नहीं चंगे बुरा नहीं कोई, ठीक है ना, और इस चीज़ नूं मैं मानता हाँ मैं फॉलो करदा। जदों साडे अंदर 100 कमियां ने असी मैं उन्हां नाल ही गल करन दी कोशिश करदा हमेशा, मैं एक चंगा इंसान बनन दी हमेशा ही कोशिश करदा रहा, चंगा गाउण दी कोशिश करदा रहा, पर उहदा तुसीं मुल नहीं पाउंदे, उहदा मुल नहीं पाउंदे, तुसीं 1 मिनट तो पहलां
ਤੁਸੀਂ ਇਹ ਡਿਸਾਈਡ ਕਰ ਲੈਂਦੇ ਹੋ ਕਿ ਇਹਦੇ ਗਾਣੇ ਹੁਣ ਚਾਰ ਫਲੋਪ ਹੋ ਗਏ ਨੇ ਅਤੇ ਹੁਣ ਇਹ ਕਲਾਕਾਰ ਨਹੀਂ ਰਿਹਾ। ਵਿਚਾਰਧਾਰਾ ਤਾਂ ਮੇਰੀ ਉਹੀ ਆ, ਮੇਰੀ ਵਿਚਾਰਧਾਰਾ ਹੱਕ ਦੀ ਕਮਾਈ ਵਾਲੀ ਹੀ ਆ, ਨਸ਼ੇ ਗਾਣੇ ਵਾਲੀ ਹੀ ਆ। ਮੈਂ ਮਾਂ ਗਾਣਾ ਗਾਇਆ, ਮੈਂ ਪ੍ਰਦੇਸ਼ ਗਾਣਾ ਗਾਇਆ, ਤੁਸੀਂ ਮੇਰੇ ਕੀਤੇ ਹੋਏ, ਚਲੋ ਠੀਕ ਆ, ਮੇਰਾ ਇੱਕ ਕਰਮ ਆ, ਮੈਂ ਆਪਣੇ ਲਈ ਕਰਦਾ, ਆਪਣੇ ਪਰਿਵਾਰ ਲਈ ਕਰਦਾ, ਪਰ ਤੁਸੀਂ ਵੀ ਤਾਂ ਉਸ ਚੀਜ਼ ਨੂੰ ਇੰਜੋਏ ਕਰਦੇ ਹੋ, ਤੁਸੀਂ ਕਿਵੇਂ ਭੁੱਲ ਸਕਦੇ ਹੋ ਸਾਰੀ ਚੀਜ਼ਾਂ। ਸੋ ਮੇਰੀ ਰਿਕੁਐਸਟ ਹੈ ਕਿ ਮੈਂ ਆਪਣੇ ਗੁਰੂ ਪੀਰ ਲਈ, ਨਾ ਮੇਰੀ ਔਕਾਤ ਆ, ਨਾ ਮੈਂ ਕਹਿ ਸਕਦਾ, ਪਰ ਜੇ ਕਿਸੇ ਨੂੰ ਲੱਗਦਾ ਕਿ ਮੈਂ ਗਲਤ ਹਾਂ, ਜਿੱਥੇ ਕਹੋਗੇ ਆਪਣੀ ਹਿੱਕ 'ਚ ਗੋਲੀ ਖਾਊਂਗਾ ਕਿ ਤੁਸੀਂ ਇਹ ਬਹੁਤ ਵੱਡੀ ਇਲਜ਼ਾਮ ਮੇਰੇ 'ਤੇ ਲਾਇਆ, ਬਹੁਤ ਵੱਡਾ ਇਲਜ਼ਾਮ ਹੈ ਇਹ, ਮੈਂ ਇਹਨੂੰ ਬਰਦਾਸ਼ਤ ਨਹੀਂ ਕਰੂੰਗਾ ਕਦੇ ਵੀ। ਜੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਹਾਂ, ਜਿੱਥੇ ਬੁਲਾਓਗੇ ਉੱਥੇ, ਕਿਉਂਕਿ ਇਹ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੁੜੀ ਹੋਈ ਚੀਜ਼ ਆ। ਨੱਕ ਨਾਲ ਲਕੀਰਾਂ ਕੱਢੂੰਗਾ ਦਰਬਾਰ ਸਾਹਿਬ ਜਾ ਕੇ, ਪਰ ਮੈਨੂੰ ਗਲਤ ਸਾਬਿਤ ਕੀਤਾ ਜਾਵੇ ਪਹਿਲਾਂ ਕਿ ਤੂੰ ਇੱਥੇ ਗਲਤ ਆ ਬਈ, ਤੇਰੀ ਆਹ ਇੰਟੈਂਸ਼ਨ ਸੀ, ਤੂੰ ਜਾਣ ਕੇ ਕੀਤਾ, ਠੀਕ ਹੈ ਨਾ। ਇੰਨਾ ਜ਼ਮੀਰ ਨਹੀਂ ਹਲੇ ਮੈਂ ਵੇਚਿਆ ਆਪਣਾ, ਹਲੇ ਇੰਨਾ ਜ਼ਮੀਰ ਮੇਰਾ ਡਿੱਗਿਆ ਨਹੀਂ ਆ ਕਿ ਮੈਂ ਆਪਣੇ ਗੁਰੂ ਪੀਰਾਂ ਲਈ ਗਲਤ ਸ਼ਬਦਾਵਲੀ ਯੂਜ਼ ਕਰੂੰਗਾ। ਔਰ ਮੇਰੀ ਉਮੀਦ ਹੈ ਕਿ ਮੈਂ ਸਾਰੀ ਜ਼ਿੰਦਗੀ ਜਿੱਦਾਂ ਦਾ ਹੈਗਾ ਉੱਦਾਂ ਦਾ ਹੀ ਰਹੂੰਗਾ, ਠੀਕ ਹੈ ਨਾ। ਮੈਂ ਆਪਣੇ ਪਾਤਸ਼ਾਹ ਦਾ ਸਤਿਕਾਰ ਕਰਦਾ, ਇੱਜ਼ਤ ਕਰਦਾ, ਉਹਨੂੰ ਦਿਲੋਂ ਪਿਆਰ ਵੀ ਕਰਦਾ, ਠੀਕ ਹੈ ਨਾ। ਔਰ ਜਿੰਨੀ ਕੁ ਮੈਨੂੰ ਸਮਝ ਆ, ਉਨੀ ਕੁ ਮੈਂ ਆਪਣੇ ਅੱਗੇ ਅਗਲੀ ਪੀੜ੍ਹੀ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਇਸ ਕਰਕੇ ਹਰੇਕ ਨੂੰ ਜੱਜ ਕਰਨਾ ਬੰਦ ਕਰੋ, ਅਤੇ ਖਾਸ ਕਰ ਚੈਨਲਾਂ ਵਾਲੇ ਤੁਸੀਂ ਧਿਆਨ ਨਾਲ ਰਿਹਾ ਕਰੋ ਥੋੜ੍ਹਾ ਜਿਹਾ। ਮੇਰਾ ਵੀਰ, ਤੁਹਾਨੂੰ ਪਹਿਲਾਂ ਵੀ ਬਹੁਤ ਤੁਸੀਂ ਆਰਟਿਸਟਾਂ ਦਾ ਨੱਕ 'ਚ ਦਮ ਕੀਤਾ ਹੋਇਆ, ਚਾਰ ਆਪਣੇ ਤੁਹਾਡੇ ਹੈਗੇ ਨੇ ਫੋਲੋਅਰਸ, ਅਤੇ ਬਸ ਤੁਸੀਂ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਿਸੇ ਵੀ ਕਲਾਕਾਰ ਦੀ ਬਦਨਾਮੀ ਕਰੀ ਜਾਂਦੇ। ਤੁਹਾਨੂੰ ਕੋਈ ਅਕਲ ਹੀ ਨਹੀਂ ਹੈਗੀ, ਸ਼ਰਮ ਨਹੀਂ ਹੈਗੀ ਕੋਈ ਕਿੰਨੇ ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਔਰ ਉਹਨੇ ਕਿੱਦਾਂ ਦਾ ਕੰਮ ਹੁਣ ਤੱਕ ਕੀਤਾ ਆ। ਮੈਂ ਜੇ ਕੋਈ ਕਮਰਸ਼ੀਅਲ ਵੀ ਗਾਣਾ ਕਰਦਾ, 100 ਵਾਰੀ ਸੋਚਦਾ ਕਿ ਉਹਦੇ ਵਿੱਚ ਕੋਈ ਗਲਤ ਸ਼ਬਦਾਵਲੀ ਤਾਂ ਨਹੀਂ, ਉਹਦੇ ਵਿੱਚ ਕੋਈ ਇੱਦਾਂ ਦੀ ਚੀਜ਼ ਤਾਂ ਨਹੀਂ ਪੇਸ਼ ਹੋ ਰਹੀ। 100 ਵਾਰੀ ਸੋਚਦਾ, ਰਹਿ ਰਸ ਦਾ ਟਾਈਮ ਆ, ਸ਼ਾਮ ਦਾ ਟਾਈਮ ਆ, ਠੀਕ ਹੈ ਨਾ। ਅਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਗੁਰੂ ਪੀਰ ਲਈ ਕੋਈ ਗਲਤ ਗੱਲ ਕਰੂੰਗਾ, ਲਾਹਣਤ ਆ ਤੁਹਾਡੇ 'ਤੇ, ਲਾਹਣਤ ਆ ਦੋਨਾਂ ਹੱਥਾਂ ਨਾਲ ਬਾਰ ਬਾਰ। ਮੈਨੂੰ ਬਹੁਤ ਅੱਜ ਗੁੱਸਾ ਵੀ ਹੈ ਔਰ ਮੈਂ ਇਤਰਾਜ਼ ਵੀ ਜ਼ਾਹਰ ਕਰ ਰਿਹਾ ਇਸ ਚੀਜ਼ ਲਈ। ਸੋ ਮੇਰੀ ਰਿਕੁਐਸਟ ਹੈ ਤੁਹਾਨੂੰ, ਖਾਸ ਕਰ ਮੇਰੇ ਜਿੰਨੇ ਵੀ ਸਿੱਖ ਭੈਣ ਭਾਈ ਨੇ, ਮੈਂ ਇਸ ਪਰਿਵਾਰ 'ਚ ਜੰਮਿਆ, ਇਸ ਹਾਂ ਪਤਿਤ ਜ਼ਰੂਰ ਹਾਂ ਮੈਂ, ਪਰ ਮੇਰੇ ਅੰਦਰ ਮੇਰਾ ਗੁਰੂ ਹੈ, ਮੇਰਾ ਪੀਰ ਹੈ, ਮੇਰਾ ਮੈਂ ਹਮੇਸ਼ਾ ਰੱਬ ਤੋਂ ਡਰ ਕੇ ਅੱਜ ਤੱਕ ਗੱਲ ਕਹੀ ਹੈ ਜਿਹੜੀ ਕਹੀ ਆ। ਜਿੰਨਾ ਕੁ ਲੋਕ ਮੈਨੂੰ ਜਾਣਦੇ ਨੇ, ਜਿੰਨੇ ਕੁ ਲੋਕਾਂ ਨੇ ਮੈਨੂੰ ਅੱਜ ਤੱਕ ਸੁਣਿਆ, ਉਹਨਾਂ ਨੂੰ ਪਤਾ ਕਿ ਮੈਂ ਕੀ ਹਾਂ। ਇਸ ਕਰਕੇ ਮੈਨੂੰ ਬਹੁਤ ਹੀ ਕਲੈਰੀਫਿਕੇਸ਼ਨ ਦੇਣ ਦੀ ਲੋੜ ਨਹੀਂ। SGPC ਬਾਰੇ ਮੈਂ ਇਹ ਜ਼ਰੂਰ ਕਹੂੰਗਾ ਕਿ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਇੱਕ ਵਾਰੀ ਵੀਡੀਓ ਦੇਖੋ, ਫਿਰ ਵੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੈਂ ਗਲਤ ਹਾਂ ਜਾਂ ਇਹਦੇ ਵਿੱਚ ਗਲਤੀ ਸ਼ਬਦਾਵਲੀ ਮੈਂ ਯੂਜ਼ ਕਰੀ ਆ, ਅਤੇ ਜਿੱਥੇ ਤੁਸੀਂ ਕਹੋਗੇ ਉੱਥੇ ਮੈਂ ਆ ਜਾਊਂਗਾ। ਜਿਹੜੀ ਸਜ਼ਾ ਤੁਸੀਂ ਮੁਕਰਰ ਕਰੋਗੇ ਮੈਂ ਉਹਨੂੰ ਐਕਸੈਪਟ ਕਰਨ ਨੂੰ ਰੈਡੀ ਹਾਂ। ਸੋ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਸਾਰਿਆਂ ਨੂੰ, ਲਵ ਯੂ ਆਲ ਹੈ, ਗੁੱਡ, ਗੋਡ ਬਲੈਸ ਯੂ ਆ, ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਚੜ੍ਹਦੀਆਂ ਕਲਾਂ 'ਚ ਰੱਖੇ, ਮੇਰੀ ਇਹ ਹਮੇਸ਼ਾ ਦੁਆ।